ਐਕਸੀਡੈਂਟ ਡਾਇਰੈਕਟ ਸਟ੍ਰੀਮ ਜਿਹੜੀ ਬੰਦ ਕਰਨ ਨਾਲ ਬਹੁਤ ਵੱਡਾ ਝਟਕਾ ਭਾਰਤੀ ਅਤੇ ਪੰਜਾਬੀ ਵਿਦਿਆਰਥੀਆਂ ਨੂੰ ਲੱਗਾ। 90% ਇਸ ਸਕੀਮ ਰਾਹੀਂ ਜਿਹੜੇ ਵਿਦਿਆਰਥੀ ਅਪਲਾਈ ਕਰਦੇ ਸੀ ਉਹਨਾਂ ਨੂੰ ਵੀਜ਼ਾ ਮਿਲ ਜਾਂਦਾ ਸੀ, 10% ਦੇ ਕਰੀਬ ਜਾਂ ਇਸ ਤੋਂ ਵੀ ਕਹਿੰਦੇ ਘੱਟ ਦਰ ਹੈ ਜਿਨ੍ਹਾਂ ਦਾ ਵੀਜ਼ਾ ਜਿਹੜਾ ਸਟੱਡੀ ਰਿਜੈਕਟ ਹੁੰਦਾ ਸੀ। ਜੋ ਹੁਣ ਤੱਕ ਦੀ ਗੱਲ ਚੱਲ ਰਹੀ ਉਹਦੇ 'ਚ ਇਹ ਹੈ ਵੀ ਇਸ ਪ੍ਰਕਿਰਿਆ ਰਾਹੀਂ ਮਹੀਨਿਆਂ ਦਾ ਟਾਈਮ ਲੱਗੂ। ਇਸਦੇ ਪਿੱਛੇ ਕਾਰਨ ਕੀ ਲੱਗਦਾ, ਅਸਲ ਕੀ ਇਸ ਸਕੀਮ ਨੂੰ ਬੰਦ ਕਿਹੜੇ ਕਾਰਨਾਂ ਕਰਕੇ ਸ਼ੁਰੂ ਕੀਤਾ ਗਿਆ? ਕੈਨੇਡਾ ਸਰਕਾਰ ਦੇ ਵੱਲੋਂ SDS ਯਾਨੀ ਕਿ ਸਟੂਡੈਂਟ ਡਾਇਰੈਕਟ ਸਟ੍ਰੀਮ ਜੋ ਸਕੀਮ ਹੈ ਉਸਨੂੰ ਬੰਦ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਜਿਹੜੇ ਖੜੇ ਹੋ ਰਹੇ ਨੇ ਕਿ ਆਖਿਰਕਾਰ ਇਸ ਸਕੀਮ ਦੇ ਬੰਦ ਹੋਣ ਦੇ ਨਾਲ ਕੀ ਨੁਕਸਾਨ ਹੋਵੇਗਾ। ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਬੜੀ ਹੀ ਸਰਲ ਭਾਸ਼ਾ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ SDS ਸਕੀਮ ਬੰਦ ਕਰਨ ਦੇ ਨਾਲ ਕੀ ਨੁਕਸਾਨ ਜਿਹੜਾ ਹੋਵੇਗਾ, ਕਿਉਂਕਿ ਇਸ ਦੇ ਰਾਹੀਂ ਲੱਖਾਂ ਜਿਹੜੇ ਵਿਦਿਆਰਥੀ ਲੋਕ ਜਿਹੜੇ ਨੇ ਅਪਲਾਈ ਕਰਦੇ ਸਨ ਵੀਜ਼ਾ, ਕੁਝ ਕੁ ਹਫ਼ਤਿਆਂ ਦੇ ਵਿੱਚ ਉਹਨਾਂ ਨੂੰ ਵੀਜ਼ਾ ਮਿਲ ਜਾਂਦਾ ਸੀ, ਲੇਕਿਨ ਇਸ ਸਕੀਮ ਨੂੰ ਹੁਣ ਬੰਦ ਕਰ ਦਿੱਤਾ ਗਿਆ। ਸੋ ਅੱਜ ਇਸੇ 'ਤੇ ਅਸੀਂ ਵਿਚਾਰ ਚਰਚਾ ਕਰਾਂਗੇ। ਦ ਸਮਰ ਨਿਊਜ਼ ਦੇ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ ਮੇਰੇ ਨਾਲ ਮੌਜੂਦ ਨੇ। ਤਰਲੋਚਨ ਜੀ, ਸਭ ਤੋਂ ਪਹਿਲਾਂ ਜੇਕਰ SDS ਸਕੀਮ ਦੀ ਅਸੀਂ ਗੱਲ ਕਰੀਏ ਜਿਸ ਨੂੰ ਬੰਦ ਕਰ ਦਿੱਤਾ ਗਿਆ, ਸਰਲ ਅਤੇ ਸੌਖੀ ਭਾਸ਼ਾ 'ਚ ਲੋਕਾਂ ਨੂੰ ਸਮਝਾਉਣਾ ਹੋਏ ਤਾਂ ਇਸਦਾ ਨੁਕਸਾਨ ਕੀ ਹੋਇਆ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਸਟੂਡੈਂਟ ਡਾਇਰੈਕਟ ਸਟ੍ਰੀਮ ਜਿਹੜੀ ਬੰਦ ਕਰਨ ਨਾਲ ਬਹੁਤ ਵੱਡਾ ਝਟਕਾ ਭਾਰਤੀ ਅਤੇ ਪੰਜਾਬੀ ਵਿਦਿਆਰਥੀਆਂ ਨੂੰ ਲੱਗਾ। ਪਰ ਇਹਦਾ ਅਰਥ ਇਹ ਨਹੀਂ ਗਾ ਵੀ ਕੈਨੇਡਾ ਸਰਕਾਰ ਨੇ ਸਟੱਡੀ ਵੀਜ਼ੇ ਬੰਦ ਕਰਤੇ ਨੇ, ਔਖੇ ਕਰਤੇ ਨੇ, ਲੰਬੇਰੇ ਕਰਤੇ ਨੇ, ਪ੍ਰਕਿਰਿਆ ਵੱਧ ਲੱਗੂਗੀ। ਪਰ ਸਿੱਧੇ ਰੂਪ 'ਚ ਆਮ ਪ੍ਰਭਾਵ ਇਹ ਚੱਲ ਰਿਹਾ ਵੀ ਜਿਵੇਂ ਹੁਣ ਕੈਨੇਡਾ 'ਚ ਪੜ੍ਹਨ ਜਾਣਾ ਅਤੇ ਜਿਹੜਾ ਬੰਦ ਹੀ ਕਰ ਦਿੱਤਾ, ਇੱਦਾਂ ਨਹੀਂ ਗਾ, ਝਟਕਾ ਜ਼ਰੂਰ ਹੈ। ਦਰਅਸਲ ਜਿਹੜੀ ਇਹ ਸਕੀਮ ਜਿਹਨੂੰ ਕਿਹਾ ਜਾਂਦਾ SDS ਸਕੀਮ, ਇਹ ਸਕੀਮ ਸਰਲ ਸੀ, ਸੌਖੀ ਸੀ ਅਪਲਾਈ ਕਰਨਾ, ਔਰ ਇਹਦੇ ਵਿੱਚ ਵਧੀਆ ਗੱਲ ਇਹ ਸੀ ਵੀ ਟਾਈਮ ਬਾਉਂਡ ਕੀਤਾ ਸੀ ਵੀ ਜਿਹੜੀ ਤੁਸੀਂ ਫਾਈਲ ਲਾਓਗੇ ਵੀਜ਼ੇ ਲਈ, ਸਟੱਡੀ ਵੀਜ਼ੇ ਲਈ, ਅਤੇ ਉਹ ਟਾਈਮ ਬਾਉਂਡ ਪ੍ਰੋਸੈਸ ਰਾਹੀਂ ਉਹਦੀ ਪ੍ਰਕਿਰਿਆ ਮੁਕੰਮਲ ਹੋ ਜੂਗੀ। ਜਿਵੇਂ ਦੱਸਿਆ ਜਾ ਰਿਹਾ ਵੀ 20 ਦਿਨਾਂ ਵਿੱਚ ਫਾਈਲ ਦੀ ਜਿਹੜੀ ਪ੍ਰੋਸੈਸ ਹੈ ਉਹਨੂੰ ਮੁਕੰਮਲ ਕਰਨਾ ਹੁੰਦਾ ਸੀ, ਔਰ ਵੱਧ ਤੋਂ ਵੱਧ 6 ਹਫ਼ਤਿਆਂ ਵਿੱਚ, 6 ਹਫ਼ਤਿਆਂ ਦਾ ਲਾ ਲਓ ਤੁਸੀਂ ਵੀ 40-42 ਦਿਨਾਂ ਵਿੱਚ ਤੁਹਾਨੂੰ ਵੀਜ਼ਾ ਮਿਲ ਜਾਂਦਾ ਸੀ, ਜਾਂ ਜੇ ਰਿਜੈਕਸ਼ਨ ਹੁੰਦੀ ਸੀ ਤਾਂ ਤੁਹਾਨੂੰ ਮੈਸੇਜ ਆ ਜਾਂਦਾ ਸੀ ਵੀ ਤੁਹਾਡਾ ਰਿਜੈਕਟ ਕਰਤਾ ਜਾਂ ਤੁਹਾਨੂੰ ਮਿਲ ਗਿਆ। ਪਰ ਮੋਸਟਲੀ 90% ਇਸ ਸਕੀਮ ਰਾਹੀਂ ਜਿਹੜੇ ਵਿਦਿਆਰਥੀ ਅਪਲਾਈ ਕਰਦੇ ਸੀ ਉਹਨਾਂ ਨੂੰ ਵੀਜ਼ਾ ਮਿਲ ਜਾਂਦਾ ਸੀ, 10% ਦੇ ਕਰੀਬ ਜਾਂ ਇਸ ਤੋਂ ਵੀ ਕਹਿੰਦੇ ਘੱਟ ਦਰ ਹੈ ਜਿਨ੍ਹਾਂ ਦਾ ਵੀਜ਼ਾ ਜਿਹੜਾ ਸਟੱਡੀ ਰਿਜੈਕਟ ਹੁੰਦਾ ਸੀ। ਹੁਣ ਜਿਹੜੀ ਨਵੀਂ ਸਕੀਮ ਹੈ ਜਿਹਨੂੰ ਇੱਕ ਸਟੈਂਡਰਡ ਪ੍ਰਕਿਰਿਆ, ਸਾਰੇ ਵਿਦਿਆਰਥੀ ਉਸ ਪ੍ਰਕਿਰਿਆ ਰਾਹੀਂ ਸਟੱਡੀ ਪਰਮਿਟ ਜਿਹੜਾ ਆ ਲੈਣ ਲਈ ਅਪਲਾਈ ਕਰਨਗੇ। ਇੱਕੋ ਰਾਹ ਆ, ਸਾਰਿਆਂ ਨੂੰ ਬਰਾਬਰ ਰਾਹ ਦੇ ਦਿੱਤਾ। ਜੋ ਹੁਣ ਤੱਕ ਦੀ ਗੱਲ ਚੱਲ ਰਹੀ ਉਹਦੇ 'ਚ ਇਹ ਹੈ ਵੀ ਇਸ ਪ੍ਰਕਿਰਿਆ ਰਾਹੀਂ ਮਹੀਨਿਆਂ ਦਾ ਟਾਈਮ ਲੱਗੂਗਾ। ਪਹਿਲੋਂ ਹਫ਼ਤੇ ਲੱਗਦੇ ਸੀ, ਹੁਣ ਇਹ ਮਾਮਲਾ ਮਹੀਨਿਆਂ 'ਤੇ ਪਹੁੰਚ ਜੂਗਾ। ਕਾਰਨ ਕੀ ਹੈ, ਜਿਹੜਾ ਭਾਰਤ ਅਤੇ ਕੈਨੇਡਾ ਵਿੱਚ ਇੱਕ ਕੁੜੱਤਣ ਵੀ ਬਣੀ ਹੈ, ਉਹਦੇ ਨਾਲ ਡਿਪਲੋਮੈਟ ਦੋਨਾਂ ਜਿਹੜੇ ਦੇਸ਼ਾਂ ਦੇ ਵਾਪਸ ਵੀ ਬੁਲਾਏ ਨੇ, ਸਟਾਫ ਵੀ ਘਟਿਆ, ਇੱਕ ਤਾਂ ਉਹ ਇੰਪੈਕਟ ਪਊਗਾ। ਦੂਸਰਾ, ਜਦੋਂ ਇਹ SDS ਸਕੀਮ ਖਤਮ ਕਰਤੀ, ਇੱਕੋ ਸਟੈਂਡਰਡ ਪ੍ਰਕਿਰਿਆ ਰਾਹੀਂ ਵੀਜ਼ਾ ਜਾਊਗਾ, ਲੱਗੂਗਾ, ਤੁਹਾਡੀ ਫਾਈਲ ਜਾਊਗੀ, ਅਤੇ ਫਿਰ ਉੱਥੇ ਸਮਾਂ ਲੱਗੂਗਾ। ਪਹਿਲੋਂ ਹਫ਼ਤਿਆਂ ਬਾਅਦ ਮਿਲਦਾ ਸੀ, ਹੁਣ ਮਹੀਨਿਆਂ ਬਾਅਦ ਮਿਲੂਗਾ, ਇੱਕ ਤਾਂ ਇਹ ਇੰਪੈਕਟ ਪਿਆ। ਦੂਸਰਾ ਇਹ ਹੈ ਵੀ ਰਿਜੈਕਸ਼ਨ ਦੀ ਦਰ ਵੱਧ ਸਕਦੀ ਹੈ। ਜਿਵੇਂ ਦੱਸਿਆ ਵੀ ਇਸ ਸਕੀਮ ਰਾਹੀਂ ਜਿਹੜੇ ਅਪਲਾਈ ਕਰਦੇ ਸੀ ਕੇਵਲ 10% ਉਹਨਾਂ ਦੀ ਰਿਜੈਕਸ਼ਨ ਹੁੰਦੀ ਸੀ, ਪਰ ਹੁਣ ਜਿਹੜੀ ਫਿਗਰ ਆ ਰਹੀ ਹੈ ਟੈਂਟੇਬਲੀ ਜੀ, ਵੀ ਘੱਟੋ ਘੱਟ ਮੈਂ ਕਹਿ ਰਿਹਾ 25% ਜਿਹੜੇ ਵੀਜ਼ੇ ਰਿਫਿਊਜ਼ਲ ਹੋ ਸਕਦੀ, ਤੁਹਾਡੀ ਫਾਈਲ ਜਿਹੜੀ ਹੈ ਤੁਹਾਨੂੰ ਨਾ ਕੀਤੀ ਜਾ ਸਕਦੀ, ਘੱਟੋ ਘੱਟ 25%,
ਇਹ ਕਹਿੰਦੇ ਰੇਸ਼ੋ ਵੱਧ ਵੀ ਸਕਦੀ ਹੈ। ਸੋ ਮੁੱਖ ਤੌਰ ਤੇ ਫਰਕ ਇਹ ਹੈ ਜਿਵੇਂ 2022 ਦੀ ਗੱਲ ਕਰੀਏ ਤੇ 80% ਜਿਹੜੇ ਵਿਦਿਆਰਥੀ ਸੀ ਉਹ ਇਸੇ ਸਕੀਮ ਰਾਹੀਂ ਕੈਨੇਡਾ ਗਏ ਸੀ। ਸੁਖਾਲਾ ਤਰੀਕਾ ਸੀ, ਬੜੇ ਸੌਖੇ ਢੰਗ ਨਾਲ ਸਾਰਾ ਪ੍ਰੋਸੈਸ ਜਿਹੜਾ ਪੂਰਾ ਹੋ ਜਾਂਦਾ ਸੀ। ਦਰਅਸਲ ਪੈਨਿਕ ਤਾਂ ਹੋ ਗਿਆ ਵੀ ਪਹਿਲੋਂ ਕੈਨੇਡਾ ਸਰਕਾਰ ਨੇ ਵਿਜ਼ਟਰ ਵੀਜ਼ਾ ਜਿਹੜਾ 10 ਸਾਲ ਦਾ ਪਹਿਲੋਂ ਆਟੋਮੈਟਿਕਲੀ ਲੱਗ ਜਾਂਦਾ ਸੀ ਉਹ ਪ੍ਰਕਿਰਿਆ ਬੰਦ ਕਰਤੀ ਔਰ ਹੁਣ ਕਹਿਤਾ ਵੀ ਜਿਹੜਾ ਵੀਜ਼ਾ ਅਫਸਰ ਹੈ ਉਹ ਦੇਖੇਗਾ ਵੀ ਸਿੰਗਲ ਐਂਟਰੀ ਵੀਜ਼ਾ ਦੇਣਾ, ਮਲਟੀਪਲ ਐਂਗਲ ਐਂਟਰੀ ਵੀਜ਼ਾ ਦੇਣਾ, ਔਰ ਨਾਲ ਹੀ ਵੀਜ਼ਾ ਅਫਸਰ ਨੂੰ ਅਧਿਕਾਰ ਦਿੱਤਾ ਵੀ ਉਹ 10 ਸਾਲ ਦਾ ਤੁਹਾਨੂੰ ਵੀਜ਼ਾ ਦਊਗਾ, ਉਹ 15 ਦਿਨ ਦਾ ਵੀਜ਼ਾ ਦਊਗਾ ਤੁਹਾਡੇ ਕੰਮ ਨੂੰ ਦੇਖ ਕੇ, ਜੇ ਵਿਆਹ 'ਤੇ ਜਾ ਰਹੇ, ਜੇ ਪਾਰਟੀ 'ਤੇ ਜਾ ਰਹੇ, ਜਾਂ ਹੋਰ ਫੰਕਸ਼ਨ 'ਤੇ ਜਾ ਰਹੇ ਦੇ, ਉਸ ਆਧਾਰ 'ਤੇ ਤੁਹਾਨੂੰ 6 ਮਹੀਨਿਆਂ ਦਾ ਵੀਜ਼ਾ ਦਊਗਾ। ਔਰ ਕਈ ਤਾਂ ਇਹੋ ਜਿਹੀਆਂ ਖਬਰਾਂ ਵੀ ਲਾ ਰਹੇ ਨੇ ਵੀ ਹੁਣ ਤਾਂ ਵਿਜ਼ਟਰ ਵੀਜ਼ਾ ਕੇਵਲ 1 ਮਹੀਨੇ ਦਾ ਮਿਲਣਾ, ਪਰ ਇਹਦੇ ਬਾਰੇ ਕੋਈ ਕਲੀਅਰ ਨਹੀਂ ਗਾ। ਮੋਟੇ ਤੌਰ 'ਤੇ ਇਹ ਵੀ ਜਦੋਂ ਇੱਕ ਵੀਜ਼ਾ ਅਧਿਕਾਰੀ ਨੂੰ ਦੇ ਦਿੱਤਾ ਅਧਿਕਾਰ, ਉਹਨੇ ਦੇਖਣਾ ਫਾਈਲ ਦੇਖ ਕੇ ਵੀ ਇਹਨੂੰ 10 ਸਾਲ ਦਾ ਦੇਣਾ ਬਣਦਾ, ਇਹਨੂੰ 1 ਮਹੀਨੇ ਦਾ ਦੇਣਾ ਬਣਦਾ, ਜਾਂ ਇਹਨੂੰ 6 ਮਹੀਨੇ ਦਾ ਦੇਣਾ ਬਣਦਾ। ਇੱਕ ਉੱਥੋਂ ਝਟਕਾ ਲੱਗਾ ਸੀ। ਔਰ ਇੱਕ ਜਦੋਂ ਇਹ ਨਵਾਂ ਇਹ ਆ ਗਈ ਗੱਲ ਤੇ ਫਿਰ ਲੱਗਾ ਇਹ ਵੀ ਕੈਨੇਡਾ ਸਰਕਾਰ ਇੱਕ ਇੱਕ ਕਰਕੇ ਪ੍ਰਵਾਸੀਆਂ ਨੂੰ ਆਪਣੇ ਦੁਆਰ ਵੜਨ ਤੋਂ ਰੋਕ ਰਹੀ ਹੈ। ਔਰ ਕਿਉਂਕਿ ਭਾਰਤ ਦੇ ਇਸ ਵੇਲੇ 4,27,000 ਵਿਦਿਆਰਥੀ ਜਿਹੜੇ ਨੇ ਉਹ ਕੈਨੇਡਾ 'ਚ ਪੜ੍ਹ ਰਹੇ ਨੇ। ਸੋ ਇਹ ਸਾਰੀ ਪ੍ਰਕਿਰਿਆ ਤੋਂ ਇਹ ਸਮਝ ਆਉਂਦੀ ਹੈ ਵੀ ਹੁਣ ਜਿਹੜੀਆਂ ਫਾਈਲਾਂ ਨੇ, ਕਿਉਂਕਿ ਅੱਗੇ ਹੁੰਦਾ ਸੀ ਵੀ ਅਪਲਾਈ ਕਰਤਾ ਸਟੱਡੀ ਪਰਮਿਟ ਲਈ ਤੇ ਮਿਲਣਾ ਹੀ ਮਿਲਣਾ ਹੈ, ਔਰ ਮਿਲ ਵੀ ਹਫ਼ਤਿਆਂ 'ਚ ਜਾਣਾ, ਪਰ ਹੁਣ ਉਹ ਗੱਲਾਂ ਦੂਰ ਹੋ ਗਈਆਂ। ਇੱਕ ਤੇ ਮਿਲਣਾ ਕਿ ਨਹੀਂ ਮਿਲਣਾ ਇਹ ਸਵਾਲ ਖੜਾ ਹੋ ਗਿਆ, ਤੇ ਦੂਸਰਾ ਤੁਹਾਨੂੰ ਮਹੀਨਿਆਂ ਬੱਧੀ ਸਟੱਡੀ ਵੀਜ਼ੇ ਦੀ ਉਡੀਕ ਕਰਨੀ ਪਊਗੀ। ਤ੍ਰਿਲੋਚਨ ਜੀ, ਜੋ ਇਹ ਫੈਸਲਾ ਲਿਆ ਗਿਆ, ਜੋ ਸਕੀਮ ਬੰਦ ਕਰ ਦਿੱਤੀ ਗਈ ਹੈ, ਇਹਦੇ ਨਾਲ ਪੰਜਾਬ ਭਾਰਤੀਆਂ ਦੇ ਉੱਤੇ ਕੀ ਪ੍ਰਭਾਵ ਜਿਹੜਾ ਪੈ ਸਕਦਾ? ਦੇਖੋ, ਇੱਕ ਗੱਲ ਤਾਂ ਸਮਝਣ ਵਾਲੀ ਹੈ ਵੀ ਖਾਸ ਕਰਕੇ ਪੰਜਾਬੀ ਭਾਰਤੀ ਵੀ ਇੱਦਾਂ ਹੀ ਸੋਚਦੇ ਹੋਣਗੇ ਸਾਰੇ ਵੀ ਭਾਰਤ ਤੇ ਕੈਨੇਡਾ ਦੇ ਜਿਹੜੇ ਰਿਸ਼ਤੇ ਖਰਾਬ ਹੋਏ ਆ, ਸ਼ਾਇਦ ਉਸ ਕਰਕੇ ਭਾਰਤੀਆਂ ਨੂੰ ਕੈਨੇਡਾ ਜਾਣ ਤੋਂ ਰੋਕਿਆ ਜਾ ਰਿਹਾ, ਸਟੂਡੈਂਟਾਂ ਨੂੰ ਜਾਂ ਵਿਜ਼ਟਰ ਵੀਜ਼ੇ, ਜਿਵੇਂ ਹੁਣ ਵਿਜ਼ਟਰ ਵੀਜ਼ੇ ਦਾ ਫੈਸਲਾ ਲਿਆ ਕੈਨੇਡਾ ਸਰਕਾਰ ਨੇ, ਜਾਂ ਜਿਹੜਾ ਸਟੱਡੀ ਪਰਮਿਟ ਦਾ ਫੈਸਲਾ ਲਿਆ, ਜਿਹੜੀ ਸਟੂਡੈਂਟ ਡਾਇਰੈਕਟ ਸਟ੍ਰੀਮ ਪ੍ਰੋਗਰਾਮ ਬੰਦ ਕੀਤਾ, ਇਹ ਇੱਕ ਨੋਟ ਕਰਨ ਵਾਲੀ ਗੱਲ, ਸਮਝਣ ਦੀ ਗੱਲ ਹੈ ਵੀ ਇਕੱਲੇ ਭਾਰਤੀਆਂ ਲਈ ਨਹੀਂ ਕੀਤਾ, ਸਮੂਹ ਦੇਸ਼ਾਂ ਦੇ ਵਿਦਿਆਰਥੀ, ਇੰਟਰਨੈਸ਼ਨਲ ਵਿਦਿਆਰਥੀ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਨੇ, ਇਹ ਉਹਨਾਂ ਸਾਰਿਆਂ 'ਤੇ ਇਹਦਾ ਫੈਸਲਾ ਲਾਗੂ ਹੋਣਾ। ਅਤੇ ਜਿਹੜਾ ਵਿਜ਼ਟਰ ਵੀਜ਼ਾ ਵੀ 10 ਸਾਲ ਦਾ ਬੰਦ ਕੀਤਾ, ਉਹ ਵੀ ਸਾਰੇ ਦੇਸ਼ਾਂ ਦੇ ਜਿਹੜੇ ਵਿਜ਼ਟਰ ਕੈਨੇਡਾ ਜਾਣਾ ਚਾਹੁੰਦੇ ਨੇ ਉਹਨਾਂ 'ਤੇ ਉਹਦਾ ਅਸਰ ਪੈਣਾ। ਔਰ ਇਹਦਾ ਅਸਰ ਖਾਸ ਕਰਕੇ ਜਿਹੜਾ ਤੁਸੀਂ ਗੱਲ ਕਹੀ ਹੈ SDS ਦਾ, ਇਹਦਾ 14 ਦੇਸ਼ਾਂ 'ਤੇ ਸਿੱਧਾ ਇੰਪੈਕਟ ਪੈਣਾ। ਇਹ ਐਕਚੁਅਲੀ ਸਕੀਮ ਜਿਹੜੀ ਸੀ 14 ਦੇਸ਼ਾਂ ਲਈ ਨਿਰਧਾਰਿਤ ਸੀ, 14 ਦੇਸ਼ਾਂ ਦੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਸੀ, ਕੈਨੇਡਾ ਸਰਕਾਰ ਨੇ ਉਹਨਾਂ ਨੂੰ ਇਹ ਪ੍ਰੋਗਰਾਮ ਵਿੱਚ ਲਿਆਂਦਾ ਸੀ। ਔਰ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ, ਬ੍ਰਾਜ਼ੀਲ ਸੀ, ਚੀਨ ਸੀ, ਕੋਲੰਬੀਆ ਸੀ, ਪਾਕਿਸਤਾਨ ਵੀ ਸੀ, ਪੇਰੂ ਵੀ ਸੀ, ਵੀਅਤਨਾਮ ਸੀ, ਇਸੇ ਤਰ੍ਹਾਂ ਬਾਰਬੁਡਾ, ਕੋਸਟਾਰੀਕਾ, ਛੋਟੇ ਛੋਟੇ ਕੁਛ ਦੇਸ਼ ਨੇ, ਸੈਨੇਗਲ, ਸੇਂਟ ਵਿਸੈਂਟ, ਇੱਦਾਂ ਦੇ ਦੇਸ਼ ਸੀ। ਪਰ ਇੱਕ ਗੱਲ ਹੋ ਰਿਹਾ, ਇੱਕ ਆਪਾਂ ਜਿਵੇਂ ਦੱਸਿਆ ਵੀ ਪਹਿਲੋਂ 6 ਹਫ਼ਤਿਆਂ 'ਚ ਵੀਜ਼ਾ ਮਿਲ ਜਾਣਾ ਸੀ ਸਟੱਡੀ ਪਰਮਿਟ, ਅਤੇ ਹੁਣ ਮਹੀਨੇ ਲੱਗਣਗੇ। ਦੂਸਰੀ ਗੱਲ ਇਹ ਹੈ ਵੀ ਹੁਣ ਜਿੰਨੇ ਵੀ ਦੇਸ਼ ਨੇ, ਜਿਹੜੇ ਦੇਸ਼ਾਂ ਦੇ ਸਟੂਡੈਂਟ ਜਾਂਦੇ ਨੇ, ਇਹ ਤਾਂ 14 ਸੀ, ਫਾਰ ਐਗਜ਼ਾਮਪਲ 50 ਦੇਸ਼ਾਂ ਦੇ ਸਟੂਡੈਂਟ ਜਾਂਦੇ ਨੇ, ਅਤੇ ਉਹ 50 ਦੇਸ਼ਾਂ ਦੇ ਸਟੂਡੈਂਟ ਜਿਹੜਾ ਵੀਜ਼ਾ ਅਪਲਾਈ ਕਰਨਗੇ ਇੱਕੋ ਖਿੜਕੀ 'ਤੇ ਕਰਨਗੇ, ਉਹ ਸਾਰੇ ਮਿਕਸ ਹੋ ਗਏ, ਉਹਦੇ ਨਾਲ ਤੁਹਾਡੀ ਵੀਜ਼ਾ ਮਿਲਣ ਦੀ ਦਰ ਹੋਰ ਘਟੇਗੀ ਔਰ ਸਮਾਂ ਵੀ ਵੱਧ ਲੱਗ ਸਕਦਾ। ਔਰ ਜਿਹੜੀ ਮੈਂ ਗੱਲ ਕੀਤੀ ਵੀ ਇਕੱਲੇ ਭਾਰਤ 'ਤੇ ਬੰਦਿਸ਼ਾਂ ਨਹੀਂ ਕੈਨੇਡਾ ਲਾ ਰਿਹਾ, ਇੱਕ ਹੋਰ ਐਗਜ਼ਾਮਪਲ ਹੈ, ਜਿੱਥੇ ਇਹ SDS ਸਕੀਮ ਜਿਹੜੀ ਹੈ ਇਹ ਬੰਦ ਕੀਤੀ ਹੈ, ਉੱਥੇ ਨਾਲ ਦੀ ਨਾਲ ਨਾਈਜੀਰੀਅਨ ਜਿਹੜੇ ਸਟੂਡੈਂਟ ਸੀ ਉਹਨਾਂ ਲਈ ਇੱਕ ਸਪੈਸ਼ਲ ਸਕੀਮ ਸੀ, ਨਾਈਜੀਰੀਅਨ ਵਿਦਿਆਰਥੀਆਂ, ਨਾਈਜੀਰੀਆ ਸਟੂਡੈਂਟ ਐਕਸਪ੍ਰੈਸ ਯੋਜਨਾ, ਉਹ ਵੀ ਬੰਦ ਕਰਤੀ, ਉਹਨਾਂ ਨੂੰ ਇਕੱਲਿਆਂ ਨੂੰ ਸਹੂਲਤ ਦਿੱਤੀ ਸੀ ਵੀ ਮੈਕਸੀਮਮ ਸਟੂਡੈਂਟ ਜਿਹੜੇ ਉਹ ਕੈਨੇਡਾ ਆ ਕੇ ਪੜ੍ਹ ਸਕਦੇ ਆ, ਪਰ ਉਹ ਸਕੀਮ ਵੀ ਜਿਹੜੀ ਬੰਦ ਕਰ ਦਿੱਤੀ ਹੈ। ਅਤੇ ਹੁਣ ਕੇਵਲ
इको स्टैंडर्ड प्रक्रिया जिहड़ी है दुनिया भर के सारे देशों के जिहड़े देश ने उन्हां विचों जिहड़ा भी स्टूडेंट कनेडा जाना चाहुंदा इको रस्ता रह गया उसे पए ते पै के सारे जाणगे। और वड्डा फर्क फिर एक बार स्पष्ट कर दिए, पहलों हफ्तियां च मिलदा सी हुण महीनियां च मिलूगा। पहलों तुहाडा एप्लीकेशन रद्द होने के चांस 10% से हुण 25-30-35% हो सकते। त्रिलोचन जी, इसके पीछे कारण की लगता है, असल की इस स्कीम नो बंद केड़े कारण करके शुरू किया गया? देखो, जिहड़ा इमीग्रेशन रिफ्यूजी एंड सिटीजनशिप कनेडा गवर्नमेंट का अदारा है, उन्हें तो यह गल कही है भी यह अही इसलिए बंद किया जिहड़ा SDS प्रोग्राम, असी समूह देशों के विद्यार्थियों नू बराबर रखना चाहते हैं। पहले केवल 14 देशों के विद्यार्थी इस रस्ते होंगे सी, वह कहते हूँ यही कह भी दुनिया के किसी भी देश का विद्यार्थी जिहड़ा उन्हूं बराबर का मौका देना चाहते हैं भी वह कनेडा आके पढ़ सकता, चंगी गल है। पर मुख तौर पर जिहड़ी गल सामने आ रही है वो ये है भी कनेडा विच जॉब की बहुत वड्डी प्रॉब्लम है। एक अगले साल इलैक्शन आ रही ने, अक्तूबर 2025 विच एक कनेडा का जिहड़े ट्रूडो सरकार है उहदे ते दोष लग रहे ने भी प्रवासियों लई दरवाजे पूरे सपाट खोलते ते कनेडा च पै गई भीड़, ते उहदे नाल इक ते जॉब की बहुत वड्डी प्रॉब्लम आ गई। जिहड़े उत्थों दे जद्दी लोग ने वह भी कहिंदे भी साडियां नौकरियां भी जिहड़ियां खतरे च पै गईआं। तो दूसरी प्रॉब्लम जिहड़ी है, बहुत वारी यही पहलों भी जिक्र किया, बहुत चर्चा है भी कनेडा विच रहायश की बहुत वड्डी प्रॉब्लम है। बेसमेंटा च बच्चे साढ़े रहिंदे ने, एक एक बेसमेंट च चार चार पांच पांच जाने, पर हुण बेसमेंटा भी खत्म हो गई क्योंकि कौमांतरी विद्यार्थी बहुत चल गए ने। एक तो जॉब घट गए बहुत ज्यादा नामात रह गए, दूसरा उत्थे रहायशी प्रॉब्लम आ गई, और तीसरी जिहड़ी एक होर कहिंदे गल इह है भी जदों 20 दिनां च फाइल दा प्रोसैस मुकम्मल किया जाता सी, 6 हफ्तियां च वीजा दिता जाता सी, उस तेजी नाल जिहड़ी फाइल चलदी सी, इह भी जानकारी मिली है भी कनेडा गवर्नमेंट ने कितें महसूस किया इस प्रोसैस च जिहड़े कुछ गलत लोग सी, फर्जी दस्तावेज ला दिंदे सी, डाकूमेंट ला दिंदे सी, ਉਹ ਵੀ ਕਿਤੇ ਉਸ ਕਾਹਲ 'ਚ ਉਸ ਪ੍ਰੋਗਰਾਮ 'ਚ ਕਿਤੇ ਅੱਖਾਂ ਤੋਂ ਓਹਲੇ ਰਹਿ ਕੇ ਤੇ ਉਹ ਫਾਇਦਾ ਲੈ ਜਾਂਦੇ ਸੀ। ਸੋ ਧੋਖਾਧੜੀ ਵੀ ਇੱਕ ਕਾਰਨ ਮੰਨਿਆ ਜਾਂਦਾ, ਔਰ ਵੱਡਾ ਕਾਰਨ ਜਿਹੜਾ ਲੱਗਦਾ ਇਹ ਹੈ ਵੀ ਕੈਨੇਡਾ ਗਵਰਨਮੈਂਟ ਕੈਨੇਡਾ ਵਿੱਚ ਕੌਮਾਂਤਰੀ ਲੋਕਾਂ ਨੂੰ ਦੀ ਜਿਹੜੀ ਆਬਾਦੀ ਆ ਉਹਨੂੰ ਕੰਟਰੋਲ ਕਰਨ ਲਈ ਇਹ ਫੈਸਲਾ ਜਿਹੜਾ ਮੁੱਖ ਤੌਰ 'ਤੇ ਲਿਆ। ਕਿਤੇ ਲੱਗ ਰਿਹਾ ਕੈਨੇਡਾ ਸਰਕਾਰ ਨੂੰ ਵੀ ਜਿਹੜੀ ਭੀੜ ਪਈ ਆ ਪ੍ਰਵਾਸੀਆਂ ਦੀ ਉਹਦੇ ਨਾਲ ਜਿਹੜੇ ਉੱਥੋਂ ਦੇ ਨਿੱਜੀ ਜੱਦੀ ਲੋਕ ਨੇ ਉਹ ਕਿਤੇ ਘੁੱਟਣ ਮਹਿਸੂਸ ਕਰਦੇ ਨੇ, ਉਹ ਫੀਲ ਕਰ ਰਹੇ ਨੇ ਵੀ ਕੈਨੇਡਾ ਪਹਿਲਾਂ ਵਰਗਾ ਨਹੀਂ ਰਿਹਾ, ਭੀੜ ਭੜੱਕਾ ਹੋ ਗਿਆ, ਉੱਥੇ ਟ੍ਰੈਫਿਕ ਦੀ ਪ੍ਰੋਬਲਮ ਆ ਗਈ, ਉੱਥੇ ਰਹਾਇਸ਼ ਦੀ ਪ੍ਰੋਬਲਮ ਉੱਥੇ ਆ ਗਈ, ਤੇ ਨਾਲ ਦੀ ਨਾਲ ਇੱਕ ਹੋਰ ਕਾਰਨ ਹੈ ਵੀ ਉੱਥੇ ਕ੍ਰਾਈਮ ਵੀ ਪਹਿਲੋਂ ਨਾਲੋਂ ਵਧਿਆ ਆ, ਉਹਦਾ ਵੀ ਇੱਕ ਕਾਰਨ ਇੰਟਰਨੈਸ਼ਨਲ ਵਿਦਿਆਰਥੀ ਜਾਂ ਜਿਹੜੇ ਪ੍ਰਵਾਸੀ ਜਾਂਦੇ ਨੇ ਉਹਨੂੰ ਮੰਨਿਆ ਜਾ ਰਿਹਾ ਹੈ। ਔਰ ਇਹਨੂੰ ਮੁੱਖ ਰੱਖਦਿਆਂ ਹੀ ਪਹਿਲਾਂ ਹੀ ਟਰੂਡੋ ਸਰਕਾਰ ਨੇ ਐਲਾਨ ਕਰ ਦਿੱਤਾ ਵੀ 2025 'ਚ ਕੇਵਲ 4,37,000 ਸਟੱਡੀ ਪਰਮਿਟ ਦਿੱਤੇ ਜਾਣਗੇ, ਹਰ ਸਾਲੇ ਜਿਹੜੇ ਘਟਾਏ ਜਾ ਰਹੇ ਆ ਵੀ ਕਿਤੇ ਨਾ ਕਿਤੇ ਢੰਗ ਨਾਲ ਇਹਨੂੰ ਲਿਮਿਟ 'ਚ ਲਿਆਂਦਾ ਜਾਵੇ। ਸੋ ਮੁੱਖ ਕਾਰਨ ਤਾਂ ਇਹੀ ਲੱਗਦਾ, ਜੌਬ ਦੀ ਅਣਹੋਂਦ, ਰਹਾਇਸ਼ ਦੀ ਅਣਹੋਂਦ, ਕ੍ਰਾਈਮ ਵਧਿਆ, ਭੀੜ ਵਧੀ, ਅਤੇ ਉੱਥੋਂ ਦੇ ਜੱਦੀ ਲੋਕ ਵੀ ਕਿਤੇ ਨਾ ਕਿਤੇ ਕੈਨੇਡਾ ਸਰਕਾਰ 'ਤੇ ਸਵਾਲ ਚੁੱਕ ਰਹੇ ਨੇ ਵੀ ਕੈਨੇਡਾ ਹੁਣ ਪਹਿਲਾਂ ਵਰਗਾ ਨਹੀਂ ਰਿਹਾ। ਤ੍ਰਿਲੋਚਨ ਜੀ, ਅਸੀਂ ਸਾਰੀ ਗੱਲ ਕੀਤੀ, ਲੇਕਿਨ ਇਕੱਲਾ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ, ਪੰਜਾਬੀਆਂ ਦੀ ਗੱਲ ਕਰੀਏ, ਤਾਂ ਇਸ ਫੈਸਲੇ ਦਾ ਪੰਜਾਬੀਆਂ 'ਤੇ ਅਸਰ ਕੀ ਪਏ? ਦੇਖੋ ਮਨਪ੍ਰੀਤ, ਆਪਾਂ ਪਹਿਲਾਂ ਪ੍ਰੋਗਰਾਮ ਕਈ ਕੀਤੇ ਨੇ, ਕੈਨੇਡਾ ਜਿਹੜੇ ਹੁਣ ਸਾਡੇ ਬੱਚੇ ਜਾਂਦੇ ਨੇ, ਵਿਦਿਆਰਥੀ ਬਣ ਕੇ ਮੁੰਡੇ ਕੁੜੀਆਂ ਜਾਂਦੇ ਨੇ, ਕੈਨੇਡਾ ਜੌਬ ਦੀ ਬਹੁਤ ਵੱਡੀ ਪ੍ਰੋਬਲਮ ਹੈ। ਔਰ ਪਿਛਲੇ ਸਮੇਂ ਜਿਹੜੀਆਂ ਲਗਾਤਾਰ ਖਬਰਾਂ ਆ ਰਹੀਆਂ ਵੀ ਫਲਾਣੇ ਪਿੰਡ ਦੀ ਕੁੜੀ ਜਾਂ ਮੁੰਡਾ ਇੰਨੇ ਮਹੀਨੇ ਪਹਿਲਾਂ ਕੈਨੇਡਾ ਪੜ੍ਹਨ ਗਿਆ ਸੀ, ਉਹਨੂੰ ਹਾਰਟ ਅਟੈਕ ਹੋ ਗਿਆ ਜਾਂ ਉਹਨੇ ਸੂਸਾਈਡ ਕਰ ਲਿਆ, ਇਸ ਇਹ ਜਿਹੜੀਆਂ ਖਬਰਾਂ ਨੇ ਉਹਦਾ ਅਨੈਲਿਸਿਸ ਕਰਕੇ ਬੜਾ ਸਾਹਮਣੇ ਸਪਸ਼ਟ ਆ ਗਿਆ ਵੀ ਜਦੋਂ ਇੱਥੋਂ ਇੱਕ ਵਿਦਿਆਰਥੀ ਬਣ ਕੇ ਬੜੇ ਚਾਵਾਂ ਨਾਲ ਮਾਪੇ ਆਪਣੇ ਬੱਚੇ ਨੂੰ, ਉਹ ਧੀ ਹੋ ਸਕਦੀ, ਪੁੱਤ ਹੋ ਸਕਦਾ, ਕੈਨੇਡਾ ਭੇਜਦੇ ਨੇ, ਇੱਕ
प्रभाव बनिया कनेडा का भी कनेडा एक बार पैर रख लिया तो फिर तो वारे न्यारे पर हुण वारे न्यारे नहीं रहे उत्ते कई सैकड़े एग्जैम्पल ने तुही भी ताडे भी कितने नेड़ू गए होणगे आम ही कहा जाता फलाने की कुड़ी फलाने का मुंडा उत्थे गए चार महीने हो गए उन्हें उत्थे जॉब नहीं मिलिया जदों उत्थे जॉब नहीं मिलेगा जां ये है भी उत्थे बेसमेंटा महंगिया बहुत हो गई तुम किराया किन्ना क दोगे किन्ना क रेंट दे के लोगे तीसरी गल भी तुहानू बेसमेंट लभ भी नहीं रही मिल ही नहीं रही स्टूडेंटा ने पहले ही उत्थे पैक किया पाया सारा कुछ तो कई इदा दियां खबरां यकीन नहीं आता इदा दियां खबरां ने भी साडे स्टूडेंट टेंट ला के सड़कां दे किनारे पे उत्थे रहिंदे ने ए कित्थों दी प्रोग्रेस होगी ए कित्थों दी खुशहाली होगी सो जदों विदेश जाके साडे बच्चे जिहड़े आ उन्हां नूं जॉब नहीं मिलेगा जदों जॉब नहीं मिलेगा तो फिर ला लो स्ट्रैस आऊगा तो वह फिर हार्ट अटैक वाले पासे वधेगा सुसाइड वाले पासे वधेगा नशे वाले पासे वधेगा क्राइम वाले पासे वधेगा जां किसी होर गलत बिरती दे जिहड़े आ कह लईए गुलाम हो जाऊगा तो फिर मापिया लई भी मुश्किल है तो उहदे भी मुश्किल है सो यह लगता भी मैनू लगता भी यह जो फैसला कनेडा गौरमेंट कर रही है भी उत्थे इंटरनेशनल विद्यार्थियों की भीड़ बहुत है जॉब नहीं गा रहन दा प्रबंध नहीं गा ते इदा दा स्ट्रैस वध रहा पर पंजाबियों की एक कहिंदे एक इदा दा चलन है भी जे गुआंढी गया तो नाल दे घर दे ने भी कहना भी फलाना गया जी मेरा दोस्त मैं भी पापा जां मां मैं भी कनेडा जाना और कई केस इदा दे सामने आ रहे ने मैनूं लगदा भी कनेडा गौरमेंट ने जे उन्हें देखिया भी उत्थे 5 लाख स्टूडेंट कमांतरी जाणगे ते तां वधिया ढंग नाल रह सकदे ते जे उत्थे चल गए 8 लाख ते फिर 3 लाख ते परेशान होणगे ना सो ये जे इस ढंग नाल देखिए तो फिर चंगा डिसीजन है साडे जिहड़े इत्थों दे बच्चे ने उत्थे जान तो रोकणगे जदों उत्थे प्रबंध ही नहीं तो फिर वो किसी ना किसी रूप विच इत्थे अपना निर्वाह चलाउण लई कोई काम काज करनगे तो जिवें आपां पहलों बहुत डर नाल कहिंदे वी पंजाब खाली हो रहा जां पंजाब बिरध आश्रम बन रहा तो लगता शायद ये रोकां जिहड़ियां किते पंजाब नूं वरदान साबित होण।